ਮਨੁੱਖਤਾ ਦੀ ਸੇਵਾ ਲਈ ਸਹਾਰਾ ਸਰਵਿਸ ਸੁਸਾਇਟੀ ਫਰੀਦਕੋਟ ਪਿਛਲੇ ਕਰੀਬ 20 ਸਾਲਾਂ ਤੋਂ ਲਵਾਰਿਸ ਲਾਸ਼ਾਂ ਦੀ ਅਸਥੀਆਂ ਨੂੰ ਜਲ ਪ੍ਰਵਾਹ ਕਰ ਰਹੀ ਹੈ ਅਤੇ ਹੁਣ ਤੱਕ 1400 ਦੇ ਕਰੀਬ ਲਵਾਰਿਸ ਲਾਸ਼ਾਂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰ ਚੁੱਕੀ ਹੈ। ਅੱਜ ਫਰੀਦਕੋਟ ਵਿੱਚ ਇੱਕੋ ਸਮੇਂ 75 ਲਵਾਰਿਸ ਲਾਸ਼ਾਂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਗਿਆ। ਇਸ ਮੌਕੇ ਉਹ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਇੱਕ ਮੁਸਲਮਾਨ ਨੇ ਹਿੰਦੂ ਅਤੇ ਸਿੱਖਾਂ ਨਾਲ ਮਿਲ ਕੇ ਅਸਥੀਆਂ ਜਲ ਪ੍ਰਵਾਹ ਕੀਤੀਆਂ। ਬਹੁਤ ਅੱਛਾ ਹੈ ਜੀ, ਹਮਾਰੇ ਫਰੀਦਕੋਟ ਕੀ ਇਹ ਸ਼ਾਨ ਹੈ ਜੋ ਸਹਾਰਾ ਸਰਵਿਸ ਸੁਸਾਇਟੀ ਹੈ ਜੀ, ਔਰ ਇਹ ਕਿਤਨੇ ਸਾਲੋਂ ਸੇ ਕਾਮ ਕਰ ਰਹੀ ਹੈ ਔਰ ਹਰ ਸਾਲ ਇਸੀ ਤਰ੍ਹਾਂ ਸੇ ਕਹੀਂ ਨਹਿਰ ਪੇ ਮਿਲੇ, ਚਾਹੇ ਗਾੜੀ ਦੇ ਥੱਲੇ ਆ ਜਾਏ, ਕੋਈ ਟਰੱਕ ਦੇ ਥੱਲੇ ਆ ਜਾਏ, ਜਿਹੜੀ ਮਿਧੀ ਹੋਈ ਲਾਸ਼ ਹੈ, ਜਿਹੜੀ ਕੀੜੇ ਪੜੀ ਹੋਈ ਲਾਸ਼ ਹੈ, ਉਹ ਜੇ ਚੁੱਕ ਕਰ ਲਿਆਉਂਦੇ ਹਾਂ ਅਤੇ ਅਸੀਂ ਉਹਨਾਂ ਦਾ ਸੰਸਕਾਰ ਕੀਤਾ। ਸੰਸਕਾਰ ਦੇ ਬਾਅਦ ਅੱਜ ਸਾਰੇ ਨੇ ਬੜੀ ਸ਼ਰਧਾ ਔਰ ਭਗਤੀ ਦੇ ਨਾਲ ਉਸ ਜਲ ਪ੍ਰਵਾਹ ਕੀਤੇ ਹੈ, ਕੱਲ੍ਹ ਉਹਨਾਂ ਦਾ ਭੋਗ ਪਾਇਆ ਜਾਵੇ। ਸਾਡੀ ਸਹਾਰਾ ਸਰ ਤਕਰੀਬਨ 20 ਸਾਲ ਹੋ ਗਏ ਹੈ, ਅਸੀਂ ਅੱਜ ਤੱਕ ਤਕਰੀਬਨ 1450-1500 ਦੇ ਕਰੀਬ ਲਵਾਰ ਸੰਸਕਾਰ ਕਰ ਚੁੱਕੇ ਹਾਂ, ਜਿਹਦੇ ਵਿੱਚ ਸਾਡੇ ਨਾਲ ਹਿੰਦੂ ਮੁਸਲਿਮ ਸਿੱਖ ਇਸਾਈ ਸਾਰੇ ਇਕੱਠੇ ਹੈ ਅਤੇ ਸਾਡੇ ਕੋਲ ਜਿਵੇਂ ਨਹਿਰ ਦੀਆਂ ਲਾਸ਼ਾਂ ਹੋ ਗਈਆਂ, ਕੱਸੀਆਂ ਦੀਆਂ ਹੋ ਗਈਆਂ, ਕੋਈ ਗੱਡੀ ਥੱਲੇ ਆ ਗਿਆ, ਜਿਹਨਾਂ ਦੀ ਨਹੀਂ ਪਛਾਣ ਹੁੰਦੀ ਉਹ ਕਿਸੇ ਵੀ ਜ਼ਿਲ੍ਹੇ ਦੀ, ਸਾਡੇ ਇੱਥੇ ਮੈਡੀਕਲ ਕਾਲਜ ਆ ਕੇ ਪੋਸਟਮਾਰਟਮ ਹੁੰਦੇ ਆ, ਉਸ ਤੋਂ ਬਾਅਦ ਅਸੀਂ ਲਾਸ਼ਾਂ ਲੈ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਇੱਕ ਸਾਲ ਬਾਅਦ ਜਾਂ ਸਵਾ ਸਾਲ ਬਾਅਦ ਕੋਈ 40 ਜਾਂ 50 ਜਾਂ 60 ਅਸਥੀਆਂ ਇਕੱਠੀਆਂ ਹੋ ਜਾਂਦੀਆਂ, ਫਿਰ ਅਸੀਂ ਬੜੀ ਸ਼ਰਧਾ ਦੇ ਨਾਲ ਸ਼੍ਰੀ ਰਾਮਬਾਗ 'ਚੋਂ ਚੱਲ ਕੇ ਇੱਥੇ ਗ੍ਰੀਨ ਐਵਨਿਊ ਗੁਰਦੁਆਰਾ ਸਾਹਿਬ ਦੇ ਕੋਲ ਜਲ ਅਸੀਂ ਸਥਾਨ ਉੱਥੇ ਜਲ ਪ੍ਰਵਾਹ ਕਰੀਦੀਆਂ ਅਤੇ ਕੱਲ੍ਹ ਨੂੰ ਉਹਨਾਂ ਦਾ ਅਸੀਂ 57 ਬੰਦਿਆਂ ਦਾ ਭੋਗ ਪਾਇਆ ਜਾਏਗਾ, ਜਿਹੜਾ ਸਵੇਰੇ 9:30 ਤੋਂ ਲੈ ਕੇ 10:30 ਵਜੇ ਤੱਕ ਭੋਗ ਪਾਏ ਜਾਣਗੇ। ਜਾਗਰਤੀ ਲੈਣ ਲਈ ਫਰੀਦਕੋਟ ਤੋਂ ਗੁਰਜੀਤ ਰੁਮਾਣਾ ਦੀ ਰਿਪੋਰਟ।